ਪਾਣੀ ਦਾ ਪੱਧਰ ਵਧਣ ਕਾਰਨ 7 ਪਿੰਡਾਂ ਦਾ ਸਪਨਰਕ ਟੁੱਟਾ ਟਾਪੂ ਬਣੇ 7 ਪਿੰਡ। ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਅਧੀਨ ਪੈਂਦੇ ਮਕੋੜਾ ਪਤਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਦਾ ਸਪਨਰਕ ਭਾਰਤ ਦੇਸ਼ ਨਾਲ ਟੁੱਟ ਚੁੱਕਾ ਹੈ ਅਤੇ ਇਹਨਾਂ ਪਿੰਡਾਂ ਨੂੰ ਜਾਣ ਦਾ ਇੱਕ ਮਾਤਰ ਸਹਾਰਾ ਕਿਸ਼ਤੀ ਵੀ ਪਾਣੀ ਦਾ ਪੱਧਰ ਵਧਣ ਕਾਰਨ ਚੁੱਕ ਲਈ ਗਈ ਹੈ। ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਪਿੰਡਾਂ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ, ਜਿਸ ਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ 14 ਪਿੰਡਾਂ ਵਿੱਚੋਂ ਰਾਵੀ ਦਰਿਆ ਤੋਂ ਪਾਰ ਹੁਣ ਸਿਰਫ 7 ਪਿੰਡ ਹੀ ਮੌਜੂਦ ਹਨ। ਲੋਕ ਆਪਣੇ ਆਪ ਨੂੰ ਗੁਲਾਮ ਸਮਝਦੇ ਹਨ। ਕਈ ਲੋਕ ਤਾਂ ਕਹਿੰਦੇ ਹਨ ਕਿ ਇਹਨਾਂ ਦਿਨਾਂ ਵਿੱਚ ਸਾਨੂੰ ਇਹ ਪਤਾ ਨਹੀਂ ਚੱਲਦਾ ਕਿ ਅਸੀਂ ਕਿਸ ਦੇਸ਼ ਦੇ ਨਾਗਰਿਕ ਹਾਂ, ਕਿਉਂਕਿ ਇਹ ਇਲਾਕਾ LOC ਦੇ ਨਾਲ ਲੱਗਦਾ ਹੈ। ਬਰਸਾਤ ਦੇ ਮੌਸਮ ਵਿੱਚ ਨਹਿਰੀ ਵਿਭਾਗ ਵੱਲੋਂ ਬਣਾਇਆ ਗਿਆ ਪਲਟੂਨ ਪੁਲ ਚੁੱਕ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਆਉਣ ਜਾਣ ਲਈ ਇੱਕ ਮਾਤਰ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ। ਦਰਿਆ 'ਚ ਪਾਣੀ ਦਾ ਪੱਧਰ ਹੋਰ ਜ਼ਿਆਦਾ ਹੋਣ ਕਰਕੇ ਪਾਰ ਵਸਦੇ 7 ਪਿੰਡ ਇੱਕ ਟਾਪੂ ਬਣ ਜਾਂਦੇ ਹਨ ਤੇ ਫਿਰ ਲੋਕਾਂ ਦੇ ਆਉਣ ਜਾਣ ਦਾ ਕੋਈ ਸਾਧਨ ਨਹੀਂ ਹੁੰਦਾ। ਇੱਕ ਪਾਸੇ ਦਰਿਆ ਹੁੰਦਾ ਹੈ ਤੇ ਦੂਜੇ ਪਾਸੇ ਪਾਕਿਸਤਾਨ। ਰਾਵੀ ਦਰਿਆ ਤੋਂ ਪਾਰ ਪੈਂਦੇ 7 ਪਿੰਡ ਪਰਿਆਲ, ਤੂਰਬਾਨੀ, ਰਾਏਪੁਰ ਚਿਬ, ਮੰਮੀ ਚਕਰੰਗਾ, ਕਜਲੇ, ਚੁੰਬਰ, ਲਸਿਆਣ ਆਦਿ ਪਿੰਡਾਂ ਦੇ ਲੋਕ ਅਕਸਰ ਹਰ ਸਾਲ ਸਰਕਾਰ ਤੋਂ ਪੱਕੇ ਪੁੱਲ ਦੀ ਆਸ ਰੱਖਦੇ ਹਨ, ਪਰ ਸਿਵਾਏ ਲਾਰਿਆਂ ਦੇ ਕੁਝ ਨਹੀਂ ਮਿਲਦਾ। ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਬਹੁਤ ਮੁਸ਼ਕਲਾਂ ਹਨ ਵੀ ਆਉਣ ਜਾਣ ਤੇ ਪਾਣੀ ਦੀ ਮਤਲਬ ਰਹਿਣ ਪੈਣ ਦੀ ਸਾਡੀ ਬਹੁਤ ਮੁਸ਼ਕਲਾਂ ਸੀ। ਕਿਸ ਤਰ੍ਹਾਂ ਆਈ ਸਾਡੀ ਕੋਈ ਜ਼ਮੀਨ ਨਹੀਂ, ਕੋਈ ਜਾਇਦਾਦ ਨਹੀਂ, ਕੋਈ ਸਾਨੂੰ ਆਉਣ ਜਾਣ ਵਾਸਤੇ ਬਹੁਤ ਮੁਸ਼ਕਲਾਂ, ਨਾ ਹੀ ਸਾਡੇ ਕੋਈ ਜਗ੍ਹਾ ਹੈ ਪਾਰ, ਕੋਈ ਸਾਡੇ ਕੋਈ ਮਤਲਬ ਨਾ ਕੋਈ ਪੈਲੀ ਆ ਨਾ ਕੋਈ ਜ਼ਮੀਨ ਆ, ਬਹੁਤ ਮੁਸ਼ਕਲ ਆ। ਕੰਮ ਕਰ ਵੀ ਹੈਨੀ ਆ, ਵੈਸੇ ਅਸੀਂ ਟਾਈਮ ਪਾਸ ਕਰਦੇ ਇੱਕ ਦੂਸਰੇ ਦੇ ਘਰ ਕੰਮ ਕੁੰਮ ਕਰਕੇ, ਅਤੇ ਗਰੀਬ ਬਹੁਤ ਮਾੜੇ ਅਸੀਂ, ਬਿਲਕੁਲ ਹੀ ਲੱਤ ਤੋਂ ਵੀ ਹੈਂਡੀਕਾਪਟ ਆ, ਮੈਂ ਕੋਈ ਕੰਮ ਕਰ ਨਹੀਂ ਕਰ ਸਕਦੀ। ਆਉਣੇ ਜਾਣ ਦੀ ਬਹੁਤ ਮੁਸ਼ਕਲ ਆ, ਰਿਸ਼ਤੇਦਾਰ ਵੀ ਸਾਨੂੰ ਇੰਨਾ ਕੁ ਨਹੀਂ ਰੱਖਦੇ ਅਤੇ ਨਾ ਕੋਈ ਸਾਡੇ ਕੋਲ ਆਉਂਦਾ ਜਾਂਦਾ ਆ, ਬਹੁਤ ਮੁਸ਼ਕਲ ਆ। ਦੋ ਚਾਰ ਦਿਨ ਰਹਿੰਦੇ ਹਾਂ ਫਿਰ ਆ ਜਾਂਦੇ ਇੱਧਰ, ਕਿੱਥੇ ਜਾਈਏ, ਸਾਨੂੰ ਕੋਈ ਮਤਲਬ ਰੱਖਣ ਦਾ ਪੈ ਜਾਂਦਾ, ਕੋਈ ਰੋਕ ਢੰਗ ਨਹੀਂ ਹੈ, ਨਾ ਕੋਈ ਸਰਕਾਰਾਂ ਇੱਧਰ ਆਉਂਦੀਆਂ ਜਾਂਦੀਆਂ ਸਾਨੂੰ ਕਹਿ ਦਿੰਦੀਆਂ ਪੁੱਲ ਪਲੋ ਅੱਜ ਬਣਾਉਂਦੇ ਆ ਕੱਲ੍ਹ ਬਣਾਉਂਦੇ, ਕੋਈ ਨਹੀਂ ਬਣਾਉਂਦਾ, ਫਿਰ ਕਹਿ ਕੇ ਚਲੇ ਜਾਂਦੇ ਆ, ਮੁੜ ਕੇ ਕੋਈ ਨਹੀਂ ਸਾਡਾ ਸੋਚਦਾ, ਮੁੜ ਕੇ ਵੱਢਦਾ ਨਹੀਂ, ਸਾਡੇ ਵੱਲ ਦਿਖਦਾ ਨਹੀਂ ਵੀ ਕੋਈ ਹੈਗਾ ਰਹਿੰਦਾ ਕਿ ਜਾਂ ਨਹੀਂ ਰਹਿੰਦਾ, ਜਾਂ ਕਿੱਦਾਂ ਖਾਂਦੇ ਆ ਕਿੱਦਾਂ ਰਹਿੰਦੇ ਆ, ਸਾਡਾ ਸੋਚਦਾ ਕੁਛ ਨਹੀਂ। ਇਹ 4-5 ਮਹੀਨੇ ਬਹੁਤ ਔਖੇ ਹਨ, ਕੋਈ ਅਮਰਦਸੀ ਸਾਨੂੰ ਜਾਣੇ ਵੀ ਪੈ ਜਾਂਦਾ ਜਾਂ ਕੋਈ ਕੁਛ ਵੀ ਹੁੰਦਾ, ਬਹੁਤ ਮੁਸ਼ਕਲ ਹੋ ਗਈਆਂ ਨਹੀਂ ਆਉਣਾ। ਹਾਂ ਬਹੁਤ ਮੁਸ਼ਕਲ ਆ, ਬਹੁਤ ਜ਼ਿਆਦਾ ਇੱਥੇ ਤਾਂ ਮੈਂ ਕਹਿੰਦਾ 100 ਤੋਂ ਵੀ ਵੱਧ ਮੁਸ਼ਕਲਾਂ ਨੇ, ਸਾਰੀਆਂ ਮੁਸ਼ਕਲਾਂ ਲੱਭੀਆਂ, ਸਾਨੂੰ ਸਹੂਲਤ ਲੱਭੀ ਕੋਈ ਨਹੀਂ। ਸਾਨੂੰ ਇੱਥੇ ਕਿਸ ਕਿਸਮ ਦੀ ਵੀ ਸਹੂਲਤ ਨਹੀਂ ਹੈ, ਅਸੀਂ ਬੱਚਿਆਂ ਨੂੰ ਇੱਧਰ ਪੜ੍ਹਾਉਣ ਵਾਸਤੇ ਲਿਆ ਰਹੇ ਹਾਂ, ਘਰ ਇੱਧਰ ਨਹੀਂ ਆ, ਇੱਧਰ ਕਰਨਾ, ਪਸ਼ੂ ਸਾਡੇ ਜਿਹੜੇ ਨੇ, ਹੁਣ ਮੈਂ ਕੱਲ੍ਹ ਦਾ ਇੱਥੇ ਰੋ ਗਿਆ ਪਿਆ, ਮੇਰੇ ਪਸ਼ੂ ਭੁੱਖੇ ਮਰ ਰਹੇ ਨੇ, 5-6 ਪਸ਼ੂ ਰੱਖੇ ਆ, ਮੈਂ ਕਿੱਦਾਂ ਜਾ ਕੇ ਉਹਨੂੰ ਕਿਸ ਮੌਕੇ 'ਤੇ ਜਾ ਕੇ ਸਾਂਭਣਾ, ਮੈਂ 5-4 ਬੋਰੇ ਖਾਦ ਲੈ ਕੇ ਜਾ ਲਾਂ, ਇਹਨਾਂ ਨੂੰ ਸਾਂਭਣਾ ਜਾਂ ਪਸ਼ੂ ਸਾਂਭਣੇ, ਮੁਸ਼ਕਲਾਂ ਬਹੁਤ ਆ। ਪੁੱਲ ਸਾਡਾ ਇੱਥੇ ਨਾ ਕਿਸੇ ਨੇ ਬਣਾਉਣਾ ਨਾ ਬਣਨਾ, ਭਗਵੰਤ ਮਾਨ ਜੀ ਹੋਣਾਂ ਨਾਲ ਬੜੀ ਆਸ ਸੀ, ਪਰ ਲੇਕਿਨ ਇਹ ਵੀ ਜਵਾਬ ਦੇ ਗਈ। ਹਾਂਜੀ ਪਿੰਡ 7 ਨੇ ਜੀ ਇੱਥੇ, ਪਹਿਲਾਂ ਤਾਂ ਪਿੰਡਾਂ ਦੀ ਆਬਾਦੀ ਬਹੁਤ ਹੀ, ਕੋਈ ਦਰਿਆ ਨੇ ਢਾਏ, ਕੋਈ ਲੋਕ 1-2 ਕਿੱਲੇ ਵਾਲੇ ਛੱਡ ਕੇ ਚਲ ਗਏ, ਕਹਿੰਦੇ ਚਲੋ ਪਾਰ ਚਲੀਏ, ਇੱਥੇ ਕੀ ਕਰਨਾ ਹੈ, ਉਹ ਆਪਣੇ ਕਾਰੋਬਾਰ ਲੋਕਾਂ ਪਾਲੇ ਆ। ਅਤੇ ਬਾਕੀ ਪਿੰਡ ਦੇ ਇੱਥੇ ਮੇਰੇ ਖਿਲਾਫ 15-20 ਪਿੰਡ ਵੱਸਦੇ ਸੀ, 25 ਪਿੰਡ ਵੀ ਹੋਣਗੇ, ਕੋਈ ਸਮੇਂ ਨੂੰ ਕੋਈ ਦਰਿਆ ਦੇ ਬਾਜ ਆ ਗਏ, ਕੁਛ ਲੋਕ ਛੱਡ ਕੇ ਚਲ ਗਏ। ਆਜ਼ਾਦ ਹੋ ਗਏ ਦੇਸ਼, ਹਾਂਜੀ ਆਜ਼ਾਦ, ਅਸੀਂ ਕਦੋਂ ਆ ਜੀ, ਅਸੀਂ ਤਾਂ ਗੁਲਾਮ ਹਾਂ ਅੱਜ ਵੀ, ਅਸੀਂ ਤਾਂ ਯਾਦ ਹੈ ਹੀ ਨਹੀਂ ਹੋਏ। ਹਾਂਜੀ